ਭਗਵੰਤ ਮਾਨ ਨੂੰ ਜਲਾਲਾਬਾਦ ਦੀ ਹਾਰ ਨਹੀਂ ਭੁੱਲ ਰਹੀ ਰਵਨੀਤ ਬਿੱਟੂ ਕਾਂਗਰਸ ਦੇ ਸੰਸਦ ਮੈਂਬਰ ਰਵਿੰਦਰ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਜਲਾਲਾਬਾਦ ਦੀ ਹਾਰ ਨਹੀਂ ਭੁੱਲ ਰਹੀ ਹੈ ਭਗਵੰਤ ਮਾਨ ਨੂੰ ਆਪਣੀ ਹਾਰ ਆ ਜਿਹੜੀ ਉਹ ਕਰਾਰੀ ਹਾਰ ਜਿਹੜੀ ਹੋਈ ਹੈ ਜਲਾਲਾਬਾਦ ਉਹ ਭੁੱਲ ਨਹੀਂ ਰਹੀ ਕਿਉਂਕਿ ਜਿਹੜਾ ਬੰਦਾ ਜਲਾਲਾਬਾਦ ਇਸ ਕਰਕੇ ਗਿਆ ਹੋਵੇ ਸੁਖਵੀਰ ਸਿੰਘ ਬਾਦਲ ਦੇ ਉਲਟ ਲੜਨ ਵੀ ਮੈਂ ਆ ਤਰੀਕ ਨੂੰ ਸੌ ਚੱਕਣੀ ਹੈ ਮੁੱਖ ਮੰਤਰੀ ਦੀ ਤੇ ਉਹ ਪਾਰਟੀ ਦਾ ਪ੍ਰਧਾਨ ਹੋਵੇ ਤੇ ਉਹਦੇ ਭੂਤ ਸਵਾਰ ਮੁੱਖ ਮੰਤਰੀ ਦਾ ਹੋਵੇ ਤੇ 100 ਸੀਟਾਂ ਦਾ ਭੂਤ ਸਵਾਰ ਹੋਵੇ ਉਹ ਉਹਦਾ ਲਾਉਣ ਜਿਹੜਾ ਪਾਰਟੀ ਨੇ ਮੇਰੀ ਡਿਊਟੀ ਜਲਾਲਾਬਾਦ ਲਾਈ ਤੇ ਖਾਸ ਤੌਰ ਤੇ ਉਹ ਭੂਤ ਉਹਦਾ ਉੱਥੇ ਜਾ ਕੇ ਲਾਇਆ ਕਿਉਂਕਿ ਤੁਸੀਂ ਜਾਣਦੇ ਹੋ ਵੀ ਇਹ ਲੋਕ ਉਹ ਲੋਕ ਨੇ ਜਿਹੜੇ ਇੱਕ ਦਿੱਲੀੋਂ ਲੀਡਰ ਕੇਜਰੀਵਾਲ ਦੇ ਇਸ਼ਾਰੇ ਤੇ ਜਿਸ ਤਰੀਕੇ ਨਾਲ ਬਾਦਲਾਂ ਨੇ ਪਹਿਲਾਂ ਲੁੱਟਿਆ ਪੰਜਾਬ ਬਾਦਲਾਂ ਨੇ ਕੁੱਟਿਆ ਪੰਜਾਬ ਉਸੇ ਤਰੀਕੇ ਨਾਲ ਇਹ ਮਸਕਰੇ ਇਹ ਤਮਾਸ਼ ਵੀ ਨੇ ਜਿਹੜੇ ਇਹ ਪੰਜਾਬ ਨੂੰ ਲੁੱਟਣਾ ਚਾਹੁੰਦੇ ਸੀ ਕੁੱਟਣਾ ਚਾਹੁੰਦੇ ਸੀ ਐਨ ਆਰ ਆਈਆਂ ਦਾ ਜਿਹੜਾ ਪੈਸਾ ਲੁੱਟਿਆ ਸੀ ਉਹਨੂੰ ਪੰਜਾਬ ਨਾਲ ਇਲੈਕਸ਼ਨ ਨੂੰ ਉਹਨੂੰ ਲੁੱਟਣਾ ਚਾਹੁੰਦੇ ਸੀ ਤੇ ਇਹ ਪਾਰਟੀ ਦੀ ਪਲੈਨਿੰਗ ਸੀ ਪਲਾਨ ਜੀ ਦੀ ਸਟ੍ਰੈਟਜੀ ਸੀ ਖਾਸ ਤੌਰ ਤੇ ਜਿਹੜਾ ਜਰਨੈਲ ਸਿੰਘ ਉਹ ਵੀ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਆਮ ਆਦਮੀ ਦਾ ਚੀਫ ਮਿਨਿਸਟਰ ਹਾਂ ਇਹ ਵੀ ਕਹਿੰਦਾ ਸੀ ਮੈਂ ਚੀਫ ਮਿਨਿਸਟਰ ਹਾਂ ਤੇ ਇਹ ਪਾਰਟੀ ਦੇ ਇੱਕ ਸਪਾਈ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਹੁਕਮ ਕੀਤਾ ਲੰਬੀ ਲੜਨ ਨੂੰ ਮੈਨੂੰ ਹੁਕਮ ਕੀਤਾ ਗਿਆ ਜਲਾਲਾਬਾਦ ਲੜਨ ਨੂੰ ਬਿਲਕੁਲ ਜੋ ਭਗਵੰਤ ਮਾਨ ਕਹਿ ਰਿਹਾ ਮੈਂ ਉਹਨੂੰ ਸਹੀ ਗੱਲ ਦੱਸੀ ਸੀ ਮੈਂ ਕਿਹਾ ਬਿਲਕੁਲ ਤੁਹਾਨੂੰ ਬੰਦੇ ਬਣਾਉਣ ਅਸੀਂ ਖਾਸ ਤੌਰ ਤੇ ਆਏ ਸੀ ਵੀ ਤੁਸੀਂ ਇਹ ਗੱਲਾਂ ਕਰਦੇ ਸੀ ਵੀ ਲੜਾਈ ਆ ਜਿਹੜੀ ਨਾ ਬਾਦਲਾਂ ਦੇ ਨਾਲ ਉਹ ਲੜਾਈ ਅਸੀਂ ਉਹ ਲੜਦੇ ਹਾਂ ਤੇ ਜਦੋਂ ਪਾਰਟੀ ਨੇ ਫੈਸਲਾ ਕੀਤਾ ਵੀ ਜਿਹੜੇ ਬਾਦਲ ਨੇ ਉਹ ਤਾਂ ਪਹਿਲਾਂ ਹੀ ਲੋਕਾਂ ਨੇ ਰਗੜੇ ਹੋਏ ਨੇ ਮਰੇ ਨੂੰ ਕੀ ਮਾਰਨਾ ਤੇ ਲੋਕਾਂ ਨੇ ਉਹਨਾਂ ਨੂੰ ਤਾਂ ਪਹਿਲਾਂ ਹੀ ਤੀਜੇ ਨੰਬਰ ਦੀ ਪਾਰਟੀ ਡਿਕਲੇਅਰ ਕੀਤਾ ਸੀ ਪਰ ਇਹ ਹਜੇ ਸਹਿਕਦੇ ਸੀ ਇਹ ਹਜੇ ਆਪਣੇ ਆਪ ਨੂੰ ਸੋਚਦੇ ਸੀ ਵੀ ਅਸੀਂ ਕਿਸ ਤਰੀਕੇ ਨਾਲ ਕੇਜਰੀਵਾਲ ਸਾਹਿਬ ਇਹਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਵੀ ਕਿਸ ਤਰੀਕੇ ਨਾਲ ਉਰੇ ਆ ਕੇ ਮੁੱਖ ਮੰਤਰੀ ਬਣਨਾ ਕਿਸ ਤਰੀਕੇ ਨਾਲ ਪੰਜਾਬ ਤੇ ਰਾਜ ਕਰਨਾ ਉਹ ਮਨਸੂਬਿਆਂ ਨੂੰ ਅਸੀਂ ਪਹਿਲਾਂ ਸਮਝ ਗਏ ਸੀ ਲੋਕ ਹੁਣ ਸਮਝ ਗਏ ਨੇ ਲੋਕਾਂ ਨੂੰ ਸਾਰੀ ਗੱਲ ਸਮਝ ਆ ਗਈ ਅੱਜ ਪਾਰਟੀ ਦੇਖ ਲਓ ਕੀ ਹਾਲਾਤ ਨੇ ਪਾਰਟੀ ਦਾ ਮੈਂ ਕਹਿੰਨਾ ਕੋਈ ਛੋਟਾ ਮੈਂਬਰ ਵੀ ਪਾਰਟੀ ਦਾ ਨਹੀਂ ਰਿਹਾ ਆ ਜਮ ਆਦਮੀ ਪਾਰਟੀ ਦਾ ਗਲਤ ਆ ਇਹ ਜਿਹੜੇ ਨੇ ਚਾਰ ਇਹਨਾਂ ਨੂੰ ਪਤਾ ਲੱਗ ਜਾਊਗਾ ਪਾਰਲੀਮੈਂਟ ਦੇ ਚੋਣਾਂ 'ਚ 19 ਚ ਆ ਜਾਣਗੇ ਲੋਕ ਸਿਖਾ ਦੇਣਗੇ ਇਹਨਾਂ ਨੂੰ ਸਬਕ ਪਰ ਇਹ ਠੋਕ ਵਜਾ ਕੇ ਮੈਂ ਛਾਤੀ ਠੋਕ ਕੇ ਕਹਿਣਾ ਵੀ ਇਹਨਾਂ ਨੂੰ ਇਹ ਜਿਹੜੇ ਲੁੱਟਣਾ ਚਾਹੁੰਦੇ ਸੀ ਪੰਜਾਬ ਨੂੰ ਪੰਜਾਬ ਦੇ ਉੱਤੇ ਬਾਹਰੋਂ ਦਿੱਲੀੋਂ ਆ ਕੇ ਰਾਜ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਭਜਾਉਣ 'ਚ ਸਾਡੀ ਪਾਰਟੀ ਨੇ ਡਿਊਟੀ ਲਈ ਤੇ ਅਸੀਂ ਉਸ ਕੰਮ 'ਚ ਸਫਲ ਹੋਏ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਉਹ ਤਾਂ ਲੋਕਾਂ ਨੇ ਪਹਿਲਾਂ ਰਿਜੈਕਟ ਕਰਤਾ ਸੀ ਕੰਨ ਤੇ ਲਿਖਿਆ ਸੀ ਵੀ ਇਹ ਤੀਜੇ ਨੰਬਰ ਦੀ ਪਾਰਟੀ ਆ ਪਰ ਸਾਨੂੰ ਇਹ ਸੀ ਵੀ ਆਮ ਆਦਮੀ ਪਾਰਟੀ ਆ ਜਿਹੜੀ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਗਮਰਾਹ ਕਰਕੇ ਇਹ ਕਿਉਂਕਿ ਚੁਟਕਲੇ ਬੜੇ ਵਧੀਆ ਸੁਣਾਉਂਦੇ ਆ ਇਹ ਮਸ਼ਕਰੇ ਨੇ ਇਹ ਤਮਾਸ਼ੀਬੀਨ ਨੇ ਉਹੋ ਜਿਹਾਂ ਗੱਲਾਂ ਕਰਕੇ ਲੋਕਾਂ ਨੂੰ ਕਿਤੇ ਗਮਰਾਹ ਨਾ ਕਰ ਜਾਣ ਉਹ ਡਿਊਟੀ ਸਾਡੀ ਪਾਰਟੀ ਨੇ ਲਈ ਉਹੀ ਗੱਲ ਮੈਂ ਭਗਵੰਤ ਮਾਨ ਨੂੰ ਦੱਸੀ ਵੀ ਭਾਈ ਥੋੜੇ ਜਿਹੜਾ ਭੂਤ ਸੀ ਮਿਨਿਸਟਰੀ ਵਾਲਾ ਤੇ 100 ਸੀਟਾਂ ਵਾਲਾ ਕੱਢਣ ਆਏ ਸੀ ਤੇ ਉਹ ਭੂਤ ਕੱਢਤਾ ਤੇ ਅੱਜ ਮੈਂ ਸਮਝਦਾ ਪੰਜਾਬ ਵੀ ਸੁੱਖ ਦਾ ਸਾਹ ਲੈ ਰਿਹਾ ਤੇ ਜਿੱਥੇ ਅਸਲੀ ਜਗ੍ਹਾ ਤੇ ਇਹਨਾਂ ਨੂੰ ਭੇਜਣਾ ਸੀ ਆਮ ਆਦਮੀ ਪਾਰਟੀ ਨੂੰ ਉਹ ਲੋਕਾਂ ਨੇ ਭੇਜਤਾ